वेलकम भाई। थोड़ा सारे ਹੁੰਦਾ ਇੱਕ ਨਵੇਂ ਵਲੌਗ ਦੇ ਵਿੱਚ। ਹੋਰ ਸੁਣਾਓ, ਸਾਰੇ ਜਣੇ ਠੀਕ ਠਾਕ ਹੋ? ਕਹਿਣ ਦੋ, ਮੈਂ ਕਿਹਾ ਠੰਡ ਬਹੁਤ ਜ਼ਿਆਦਾ ਹੋ ਗਈ ਹੈ, ਸਾਰਿਆਂ ਨੇ ਆਪਣੇ ਖਿਆਲ ਰੱਖਿਆ ਕਰੋ। ਤੇ ਜੀ ਅੱਜ ਆਪਾਂ ਚੱਲੇ ਹਾਂ ਰਾਈਡ ਤੇ ਜਗਰਾਓ। ਆਪਣਾ ਰੂਟ ਰਹੂਗਾ ਤਰਨ ਤਾਰਨ ਤੋਂ ਹਰੀਕੇ, ਹਰੀਕੇ ਤੋਂ ਮੋਗਾ, ਮੋਗੇ ਤੋਂ ਜਗਰਾਓ। ਬਾਕੀ ਜੇ ਕੁਛ ਵੀ ਚੇਂਜ ਹੋਇਆ ਉਹਨੂੰ ਆਪਾਂ ਦੱਸ ਦਾਂਗੇ, ਤੇ ਅੰਤ ਤੱਕ ਬਣੇ ਰਹੋ। ਤੇ ਚਲੋ ਫਿਰ ਚੱਲਦੇ ਹਾਂ। ਲਓ ਜੀ, ਤੁਹਾਨੂੰ ਇੱਕ ਚੀਜ਼ ਦਿਖਾਉਣਾ। ਤੁਸੀਂ ਇੱਕ ਚੀਜ਼ ਕਿਸੇ ਵੀ ਹਾਰਲੇ ਦੀ ਅੱਜ ਤੱਕ ਦੇਖੀ ਹੋਣੀ, ਉਹ ਹੈਗਾ ਹੈ ਹੌਰਨ। ਮੈਂ ਕਿਹਾ ਪੂਰੇ ਪੰਜਾਬ 'ਚ ਆਪਣੇ ਕੋਲ ਪਹਿਲਾ ਹਾਰਲੇ ਆ ਜਿਹਦੇ 'ਤੇ ਆਪਾਂ ਆਹ ਵਾਲਾ ਹੌਰਨ ਲਾਇਆ। ਹੌਰਨ ਚੈੱਕ ਕਰੋ ਤੁਸੀਂ, ਬਣਦੀ ਹੈ ਗੱਲ ਫਿਰ। ਲਓ, ਮੈਂ ਕਿਹਾ ਬਾਈਕ ਆਪਣਾ ਸਟਾਰਟ ਹੈ ਜੀ, ਅਤੇ ਫਿਰ ਆਪਾਂ ਚੱਲਦੇ ਹਾਂ। ਪਹੁੰਚ ਗਏ ਆਪਾਂ ਰਾਜਾ ਢਾਬਾ ਜਗਰਾਓ। ਬਾਈਕ ਚੈੱਕ ਕਰੋ, ਆਹ ਇੱਕ ਆਪਣੇ ਨਵੇਂ ਰਾਈਡਰ ਮਿਲੇ ਆਪਾਂ ਨੂੰ, ਆਏ ਸੀਗੇ ਮੋਗੇ ਤੋਂ। ਇਹਨਾਂ ਕੋਲ ਹੈਗਾ ਹੈ 1200 XL, ਅਤੇ ਆਪਣਾ ਖੜਾ ਆਹ ਫੈਟ ਬੋਏ, ਆਹ ਹੈ ਬੂਜ਼ਾ। ਬਸ ਜੀ, ਹੁਣ ਤੁਹਾਨੂੰ ਖਾ ਪੀ ਕੇ ਮਿਲਦੇ ਹਾਂ। ਲੋ, ਮੈਂ ਕਿਹਾ ਜੀ ਖਾਣਾ ਪੀਣਾ ਡਨ ਹੈ, ਪਰੌਂਠੇ ਬੜੇ ਸਵਾਦ ਸੀਗੇ। ਜੇ ਤੁਸੀਂ ਮੋਗੇ ਤੋਂ ਆ ਰਹੇ ਹੋ, ਇੱਧਰ ਸਾਈਡ ਮੋਗਾ ਹੈ ਅਤੇ ਇੱਧਰਲੀ ਸਾਈਡ ਜੀ ਲੁਧਿਆਣੇ ਹੈ, ਜੇ ਤੁਸੀਂ ਜਿੱਧਰੋਂ ਮਰਜ਼ੀ ਆ ਰਹੇ ਹੋ ਰੁਕ ਕੇ ਜਾਇਓ, ਉਰੇ ਬੜੇ ਸਵਾਦ ਸੀਗੇ ਪਰੌਂਠੇ। ਅਤੇ ਬਸ ਹੁਣ ਹੋਈਏ ਰੈਡੀ ਅਤੇ ਫਿਰ ਚੱਲਦੇ ਜੀ। ਲਓ ਜੀ, 2 ਵੱਜ ਗਏ, ਪਹੁੰਚ ਗਏ ਆਪਾਂ ਘਰ। ਅਤੇ ਅੱਜ ਆਪਾਂ ਟੋਟਲ ਚਲਾਇਆ 240 ਕਿਲੋਮੀਟਰ, 120 ਵਨ ਸਾਈਡ ਸੀਗਾ। ਅਤੇ ਕਿਵੇਂ ਦੀ ਲੱਗੀ ਜੀ ਵੀਡੀਓ, ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ, ਇੱਦਾਂ ਦੀਆਂ ਘੈਂਟ ਘੈਂਟ ਵੀਡੀਓ ਆਉਂਦੀਆਂ ਰਹਿਣਗੀਆਂ। ਚਲੋ ਫਿਰ ਤੁਹਾਨੂੰ ਮਿਲਦੀ ਹੈ ਜੀ ਅਗਲੇ ਵਲੋਗ 'ਚ। ਓਕੇ ਜੀ, ਬਾਏ।